तूफान उठा, नेरियां चलिया, की कुछ होया, जुल्मो सितम होया, बह गया करदा, शांति हो गया। हुण उस करदे दे हेठों मैं दब्या मलबे दे विचों मैं अपना आप लभदा हां। अपने घर परदेसियां वांगू परतण दा एहसास क्यों है, मैं संताली। ओहो ही धरती आ, ओहो ही जमीन आ, ओहो ही सब कुछ आ, ओ है ना, ओ सब कुछ ओही आ, दुनिया वास्ती आ, मापे नहीं मुझे लगता। मैं जा नहीं सकदा तागल वकड़ी पा, मिट्टी दा मोह कितों कितों बंदियां नू खिच के ले आंदा वा। ब्यास क्यों इको फांसी इको गोली, रहमत अली सराबा बिस्मिल, आजादी तो मगरों साडा वखो वख इतिहास क्यों है। दिल्ली वर्गे चौक चुरस्ते कार विहार बाजार भी होगी, मिकना तीसी खिच दी शक्ति शहर लाहौर च खास क्यों। आप कित्थे करके उडाली पिंड ये उडाली 10 चक है। हां वाह 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 वाह, हो होई 10 ही है ना, 10 चक ही है। हां जी 10 उडाली, 10 चक उडाली। हां जी बिल्कुल 10 चक है, पिंड दा पता लग गया, बिल्कुल लग गया। कौन गया 10 चक ने दसया ना भाई थाने मेनू उडाली, मैं कहा 10 उडाली 10 चक ही आ, यही मैंने दसया। हां ठीक है, पिंड दा लग गया। इत्थे जेडे लोग इत्थों उजड़ के गए आ ओ बैठे आ चड़ेक मोगे लागे, वर्गे चौक चुरस्ते कार विहार बाजार भी होगी, मिकना तीसी खिच दी शक्ति शहर लाहौर च खास क्यों है। ਕਿਹੜਾ ਪਿੰਡ ਆ? 10 110 ਆ। ਉਡਾਲੀ ਠੀਕ, ਮਿਹਰਬਾਨੀ। ਵਾਰੀ ਨਾਲ ਮਨਸੂਬ ਹੋਈ ਆ ਗੱਲ ਜਾਂ ਕਿਸੇ ਹੋਰ ਨਾਲ, ਇੱਥੋਂ ਗਿਆ ਕੋਈ ਬੰਦਾ ਇੱਥੇ ਨਜ਼ਦੀਕ ਹੀ ਉਸ ਬੰਦੇ ਨੂੰ ਨਾ ਧਾੜ ਵੀ ਪੈ ਕੇ ਤੇ ਮਾਰ ਦਿੱਤਾ। ਪਟਵਾਰੀ ਸੀ ਉਹ? ਠੀਕ, ਕਹਿੰਦੇ ਤੁਹਾਡੇ ਪਿਤਾ ਜੀ ਉਹੀ ਸੀ। ਇਹ ਫਿਰ ਹਸਪਤਾਲ ਗਏ ਹੋਣਗੇ ਤੁਹਾਡੇ ਮਾਤਾ ਜੀ, ਇਹ 811L ਜਿਹੜਾ ਕਰੀਬ ਹਸਪਤਾਲ ਸੀਗਾ ਨਾ ਜੀ ਉਸ ਵਕਤ, ਕਿਹੜਾ ਸੀ? 8 ਚੱਕ ਨੰਬਰ 811L ਲਿਖਿਓ। ਹਾਂਜੀ ਚੱਕ ਨੰਬਰ 811L ਉਹ ਕਰੀਬ ਹਸਪਤਾਲ ਸੀਗਾ। ਇਹ ਚੀਚਾ ਪਤਨੀ ਤੋਂ ਵੀ ਨੇੜੇ ਸੀ? ਨਹੀਂ, ਚੀਚਾ ਪਤਨੀ ਇੱਥੇ ਜਿੱਥੇ ਆਪਾਂ ਬੈਠੇ ਆ ਨਾ ਜੀ, ਆ ਚੜਦਾ ਇਹ ਹਿਸਾਬ, ਮਤਲਬ ਤੁਸੀਂ ਚੱਕ ਧਰਤੀ ਦਾ ਫੇਰ ਤਾਂ ਨਹੀਂ ਲੱਗ ਰਿਹਾ? ਨਾ ਨਾ ਠੀਕ ਹੈ, ਤੁਸੀਂ ਗੱਲ। ਹਾਂ ਚੜਦਾ ਆ ਲੈਂਦਾ ਇਹ ਨੁੱਕਰ ਦੇ ਵਿੱਚ ਚੀਚਾ ਪਤਨੀ ਦੇ 4 ਜਾਂ 5 ਕਿਲੋਮੀਟਰ। ਹਾਂ ਉਹ ਜਿਹੜਾ ਪਿੰਡ ਮੈਂ ਦੱਸ ਰਿਹਾ 811L, ਉਹਨੂੰ 8 ਜੇਲਮੀਆਂ ਵਾਲਾ ਵੀ ਕਹਿੰਦੇ ਆ ਅਤੇ 8 ਫੌਜੀਆਂ ਵਾਲਾ ਵੀ ਕਹਿੰਦੇ ਆ, ਉਹ ਇਸ ਨੁੱਕਰ ਦੇ ਵਿੱਚ ਹੈ ਇੱਥੇ। ਅੱਛਾ ਜੀ। ਇਹ ਹੈਗਾ 7R ਜਿੱਥੇ ਆਪਾਂ ਬੈਠੇ ਹਾਂ,
लोअर बारी दुआब जा रही है हैड बल्लो की तो निकली हुई है सज्जे पासे आर ते खब्बे पासे एल वन आर टू आर थ्री आर फोर आर ए सैवन आर एक सौ दस सैवन आर वो जिहड़ा पासा जी वो हो गया खब्बा पासा लैफ्ट वो वन एल टू एल थ्री एल फोर एल वो अपने तकरीबन बराबर जे ते आ गए ना जी ग्यारह एल बारह एल ये पिंड वा वो अठ चक है जी अठ ग्यारह एल उत्थे हस्पताल पुराना सीगा पार्टीशन तो पहलां दा सीगा जी सीगा लाजमन तुहाडी पैदाइश फिर उत्थों दी बिल्कुल उत्थों दी होगी हाँ जी मैं जिहड़ा अंदाजा ला रहा अठ ग्यारह हुण हस्पताल है नहीं है हुण भी मौजूद आ ते लभ लिया ਉਹ ਹਸਪਤਾਲ ਕਾਹਦਾ ਸੀ ਗੌਰਮੈਂਟ ਦਾ ਸੀਗਾ ਰੇਲਵੇ ਦਾ ਸੀਗਾ ਕਾਹਦਾ ਸੀ ਉਹ ਨਹੀਂ ਜਦ ਤੱਕ ਉਹ ਨਹੀਂ ਰੇਲਵੇ ਨਾਲ ਕੋਈ ਤਾਲੁਕ ਨਹੀਂ ਜੀ ਉਹਦਾ ਉਹ ਗੌਰਮੈਂਟ ਦਾ ਹਸਪਤਾਲ ਹੀ ਸੀਗਾ ਉਸ ਏਰੀਏ 'ਚ ਕਿਉਂ ਬਣਾਇਆ ਸੀ ਪਿੰਡਾਂ 'ਚ ਹਸਪਤਾਲ ਹੁੰਦੇ ਨਹੀਂ ਸੀ ਪਿੰਡਾਂ 'ਚ ਹਸਪਤਾਲ ਹੋਣ ਦਾ ਜੀ ਇੱਕ ਵੱਡੀ ਵਜ੍ਹਾ ਇਹ ਇੱਥੇ ਨਾ ਜੀ ਅਸਲ ਦੇ ਵਿੱਚ ਜ਼ਿਆਦਾਤਰ ਫੌਜੀ ਲੋਕ ਸੀਗੇ ਅਤੇ ਫੌਜੀਆਂ ਵਾਲਾ ਵੱਜਦਾ ਵਾ ਇਹ ਮੇਰਾ ਕਿਆਫਾ ਅੰਦਾਜ਼ਾ ਮੇਰਾ ਠੀਕ ਆ ਇੱਥੇ ਫੌਜੀਆਂ ਵਾਲਾ ਇਹ ਅੱਠ ਸਖਤ ਸੀਗਾ ਅਤੇ ਇੱਥੇ ਕਿਉਂਕਿ ਉਹ ਫੌਜੀ ਜਿਹੜੇ ਆ ਉਹ ਜ਼ਰਾ ਦੂਸਰੇ ਲੋਕਾਂ ਨਾਲੋਂ ਅਹਿਮ ਹੁੰਦੇ ਆ ਹਾਂਜੀ ਉਹਨਾਂ ਦੀ ਮਹੱਤਤਾ ਜ਼ਿਆਦਾ ਹੁੰਦੀ ਆ ਉਹਨਾਂ ਨੇ ਬਣਵਾਪ ਨੂੰ ਲਿਆ ਹੋਣਾ ਗੌਰਮੈਂਟ ਅੱਠ ਚੱਕ ਕਹਿ ਲਓ ਉਹਨੂੰ ਹਾਂਜੀ ਅੱਠ ਚੱਕ ਅੱਛਾ ਮੇਰੀ ਪੈਦਾਇਸ਼ ਅੱਠ ਚੱਕ ਹਸਪਤਾਲ 'ਚ ਆ ਮੈਨੂੰ ਅੰਦਾਜ਼ਾ ਹੈ ਅੰਦਾਜ਼ਾ ਕਿਉਂਕਿ ਸੁਣੋ ਜਦੋਂ ਆਪਾਂ ਵੀ ਸੋਚਦੇ ਹਾਂ ਨਾ ਇੱਥੋਂ ਆਪਾਂ ਨਿਕਲੇ ਜੀ ਉੱਥੋਂ ਦਾ ਮਰਡਰ ਹੋ ਗਿਆ ਹਾਂਜੀ ਜ਼ਖਮੀ ਹੋ ਗਏ ਨੇੜੇ ਹਸਪਤਾਲ ਅੱਠ ਚੱਕ ਹੀ ਸੀ ਅੱਠ ਚੱਕ ਹੀ ਸੀ ਕੋਈ ਹਸਪਤਾਲ ਹੈ ਨਹੀਂ ਕੋਈ ਹਸਪਤਾਲ ਹੈ ਨਹੀਂ ਪੱਕਾ ਉੱਥੇ ਜਾਂ ਫਿਰ ਇਹ ਹੋ ਸਕਦਾ ਵਾ ਉੱਥੋਂ ਚੀਚਾਵਤ ਨਹੀਂ ਚੀਚਾਵਤ ਨਹੀਂ ਮੈਨੂੰ ਦੱਸੇ ਜੋ ਤਾਂ ਕੋਈ ਪ੍ਰਕਾਰ ਰੇਲਵੇ ਦਾ ਪਰ ਰੇਲਵੇ ਦਾ ਹਸਪਤਾਲ ਹੈ ਨਹੀਂ ਅੱਠ ਚੱਕ ਨਾ ਮੈਂ ਤੁਹਾਡੇ ਨਾਲ ਐਗਰੀ ਹਾਂ ਇਸ ਗੱਲ ਨਾਲ ਵੀ ਅੱਠ ਚੱਕ ਇਹ ਹੋਊਗਾ ਆਪਣਾ ਆਪ ਲੱਭਣ ਆਏ ਹੋ ਤੁਸੀਂ ਮੈਂ ਆਪਣਾ ਆਪ ਲੱਭਣ ਆਇਆ ਹਾਂਜੀ ਹਾਂਜੀ ਬਿਲਕੁਲ ਨੇਰੀ ਨੇਰੀ ਚੱਲ ਗਈ ਮਿੱਟੀ ਦਾ ਗਰਦਾ ਸੀ ਬਹਿ ਗਿਆ ਸ਼ਾਂਤੀ ਹੋ ਗਈ ਹੁਣ ਉਹ ਮਿੱਟੀ 'ਚੋਂ ਮੈਂ ਆਪਣੇ ਆਪ ਨੂੰ ਲੱਭਦਾ ਗਰਦਾ ਸੀਗਾ ਬਹੁਤ ਕਤਲੋ ਗਾਰਤ ਹੋਇਆ ਤੂਫਾਨ ਉੱਠਿਆ ਨੇਰੀਆਂ ਚੱਲੀਆਂ ਕੀ ਕੁਛ ਹੋਇਆ ਜ਼ੁਲਮੋ ਸਿਤਮ ਹੋਇਆ ਬਹਿ ਗਿਆ ਗਰਦਾ ਸ਼ਾਂਤੀ ਹੋ ਗਈ ਆ ਹੁਣ ਉਸ ਗਰਦੇ ਦੇ ਹੇਠੋਂ ਮੈਂ ਦੱਬਿਆ ਮਲਬੇ ਦੇ ਵਿੱਚੋਂ ਮੈਂ ਆਪਣਾ ਆਪ ਲੱਭਦਾ ਹਾਂ ਥੱਲੇ ਤੁਸੀਂ ਲੱਭ ਚੁੱਕੇ ਹੋ ਸਹੀ ਜਗ੍ਹਾ 'ਤੇ ਪਹੁੰਚ ਗਏ ਹੋ ਈਵਨ ਕਿ ਮੇਰੇ ਭੈਣ ਭਰਾ ਮੈਨੂੰ ਅਲਾਓ ਨਹੀਂ ਸੀ ਕਰਦੇ ਜਿੱਥੇ ਸਾਡਾ ਕੱਖ ਨਹੀਂ ਬਚਿਆ ਜਿੱਥੋਂ ਅਸੀਂ ਉੱਜੜ ਕੇ ਆ ਗਏ ਜਿੱਥੇ ਕਤਲ ਹੋ ਕੇ ਆਪਣਾ ਆਪ ਗੁਆ ਕੇ ਆ ਗਏ ਹਾਂ ਤੂੰ ਉੱਥੇ ਕੀ ਗੱਲ ਜਾਣਾ ਹੁਣ ਉਹ ਜਿਹੜਾ ਕੁਛ ਗੁਆਇਆ ਜਾਂ ਸਾਡਾ ਕਤਲ ਪਰ ਮੇਰੀ ਜਿਹੜੀ ਜ਼ਮੀਰ ਸੀਗੀ ਅੰਦਰੋਂ ਅੰਦਰ ਮੇਰਾ ਬੋਲਦਾ ਵੀ ਨਹੀਂ ਮੈਂ ਜਾਣਾ ਮੇਰੀ ਸੋਚ ਉਹਨਾਂ ਦੀ ਸੋਚ ਫਰਕ ਸੀ ਜੀ ਜੀ ਤੂੰ ਮੇਰਾ ਦਿਲ ਕੀਤਾ ਤੁਹਾਡੇ ਦਰਸ਼ਨ ਹੋਣੇ ਸੀ ਇਸੇ ਵਜ੍ਹਾ ਕਰਕੇ ਬੜੀ ਕਿਰਪਾ ਇਹਦਾ ਮਤਲਬ ਆਪਾਂ ਬਿਲਕੁਲ ਠੀਕ ਹਾਂ ਜਿਹੜਾ ਤੁਸੀਂ ਕਹਿੰਦੇ ਹੋ ਇੱਥੇ ਕਤਲ ਹੋਇਆ ਇੱਕ ਬਿਲਕੁਲ ਜੀ ਉਹ ਮੈਂ ਤੁਹਾਨੂੰ ਦੱਸਦਾ ਮੈਂ ਸਕੂਲ ਟੀਚਰ ਹਾਂ ਜੀ ਮੇਰੇ ਨਾਲ ਇੱਕ ਟੀਚਰ ਪੜ੍ਹਾਉਂਦੇ ਆ ਹੋਰ ਉਹ ਅਸੀਂ ਤਾਂ ਸੰਤਾਲੀ ਦੇ ਇੱਥੇ ਰਹਿੰਦੇ ਹਾਂ ਉਹਨਾਂ ਦਾ ਜਿਹੜਾ ਫੈਮਿਲੀ ਹੈ ਨਾ ਜੀ ਉਹ ਸਨ 14 ਦੇ ਇੱਥੇ ਰਹਿੰਦੇ ਆ ਯਾਨੀ ਜਿਸ ਵਕਤ ਆਬਾਦਕਾਰੀ ਹੋਈ ਨਾ ਜੀ ਬਿਲਕੁਲ ਬਿਲਕੁਲ ਉਹ ਜਾਣਦੇ ਹੋਣਗੇ ਹਾਂਜੀ ਅੱਛਾ ਉਹਨਾਂ ਦੀ ਮਾਤਾ ਜੀ ਸੀਗੇ ਉਹ 2-3 ਸਾਲ ਹੋ ਗਏ ਆ ਉਹ ਵੀ ਚਲਾਣਾ ਕਰ ਗਏ ਆ ਉਹ ਦੱਸਦੇ ਹੁੰਦੇ ਸੀਗੇ ਮਾਸਟਰ ਹੁਣੀ ਦੱਸਦੇ ਹੁੰਦੇ ਆ ਕਿ ਸਾਡੀ ਮਾਤਾ ਜੀ ਦੱਸਦੇ ਆ ਕਿ ਇੱਦਾਂ ਇੱਦਾਂ ਹੋਈ ਸੀ ਇੱਥੋਂ ਬਲਕਿ ਉਹਨਾਂ ਨੇ ਨਾ ਸ਼ਾਇਦ ਨਾਂ ਵੀ ਦੱਸਿਆ ਹੋਵੇ ਉਸ ਖਾਤੂਨ ਦਾ ਤੁਹਾਡੀ ਮਾਤਾ ਜੀ ਦਾ ਅਤੇ ਕਰਤਾਰ ਕੌਰ ਸੀ ਹਾਂ ਸ਼ਾਇਦ ਹੁਣ ਮੈਨੂੰ ਮੈਂ ਯਕੀਨੀ ਤੌਰ 'ਤੇ ਨਹੀਂ ਕਹਿ ਸਕਦਾ ਲੇਕਿਨ ਹੈ ਸਹੀ ਜ਼ਰੂਰ ਕੁਛ ਨਾ ਕੁਛ ਇਹ ਮੈਂ ਵਾਕਿਆ ਜ਼ਰੂਰ ਸੁਣਿਆ ਕੀ ਦੱਸਿਆ ਸੀ ਇੱਥੇ ਇੱਕ ਨਾ ਜੀ ਹੈ ਕੁਟੀਆ ਉਹਨੂੰ ਕਹਿੰਦੇ ਸੀ ਕੋਈ ਸਾਧੂ ਰਹਿੰਦਾ ਸੀ ਇੱਥੋਂ ਕਿੰਨੀ ਦੂਰ ਆ ਦੋ ਤਿੰਨ ਮਰੱਬੇ ਅੱਛਾ ਨਹਿਰ ਦੇ ਉੱਤੇ ਪਿੰਡੋਂ ਨਿਕਲਦੇ ਪਿੰਡੋਂ ਨਿਕਲਦੇ ਹਾਂਜੀ ਕੁਟੀਆ ਸੀਗੀ ਅੱਛਾ ਉਸ ਵਕਤ ਕੁਟੀਆ ਸੀ ਠੀਕ ਆ ਫਿਰ ਉਹਨੂੰ ਹੁਣ ਇਸ ਵਕਤ ਬਗੀਚੀ ਕਹਿੰਦੇ ਆ ਅੱਛਾ ਲੇਕਿਨ ਬਗੀਚੀ ਦਾ ਨਾਮੋ ਨਿਸ਼ਾਨ ਕੋਈ ਨਹੀਂ ਤਕਰੀਬਨ 9 ਕਨਾਲਾਂ ਉਹ ਰਕਬਾ ਵਾ ਉਹ ਮਹਿਕਮਾ ਔਕਾਫ ਦੇ ਵਿੱਚ ਤੁਹਾਡੇ ਵਾਲੇ ਪਾਸੇ ਵਕਫ ਬੋਰਡ ਕਹਿੰਦੇ ਇੱਧਰ ਮਹਿਕਮਾ ਔਕਾਫ ਕਹਿੰਦੇ ਆ ਉਹ ਮਹਿਕਮਾ ਔਕਾਫ ਦੇ ਵਿੱਚ ਚਲਾ ਗਿਆ ਉਹ ਅੱਜ ਕੱਲ੍ਹ ਇੱਕ ਕਿਸੇ ਆਦਮੀ ਕੋਲ ਸ਼ਾਇਦ ਉਹਨੇ ਲੈ ਲਿਆ ਮੁੱਲ ਜਾਂ ਜੋ ਵੀ ਸੂਰਤ ਹਾਲ ਉੱਥੇ 4 ਕਬਰਾਂ ਵਾ ਉੱਥੇ 2 ਮੇਰੇ ਭਾਈ ਦਫਨ ਆ ਇੱਕ ਮੇਰੀ ਮਾਤਾ ਜੀ ਦਫਨ ਆ ਇੱਕ ਮੇਰੀ ਬੱਚੀ ਸੀ ਛੋਟੀ ਜਿਹੀ ਭਾਣ ਜੀ ਉਹ ਦਫਨ ਆ ਉੱਥੇ ਜੋ ਮੈਂ ਲੱਭਣ ਆਇਆ ਨਾ ਉਹ ਮੈਨੂੰ ਮਿਲ ਗਿਆ ਜੀ ਮਿਲ ਗਿਆ ਮੈਂ ਉਹ ਜਗ੍ਹਾ ਨੂੰ ਸਜਦਾ ਕਰਨਾ ਜਾਂਦੇ ਜਾਂਦੇ ਨੇ ਜ਼ਰੂਰ 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 ਸਭ ਕੁਝ ਕਰਦੇ ਹੋਰ ਮੇਰੇ ਕੀ ਪੱਲੇ ਮੈਂ ਕੀ ਮੈਂ ਸਾਰੀ ਤੁਹਾਡੀ ਮੇਰੀਆਂ ਬਸ ਉਹ ਇੱਕ ਮੋਹ ਹੁੰਦਾ ਜਿਹੜਾ ਅੰਦਰ ਮੇਰੇ ਵਿਸ਼ੇ ਦਾ ਭਾਵਨਾ ਮੈਂ ਮੇਰੇ ਉਹ ਬਲਬਲੇ ਆ ਜੀ 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 ਉਹ ਮੈਂ ਇੱਥੇ ਇਹਨਾਂ ਨੂੰ ਆਪਾਂ ਜਾਣਿਆ ਹੋਰ ਮੇਰੇ ਕੁਛ ਨਹੀਂ ਹੈਗਾ ਜੀ ਇੱਕ ਹੁਣ ਸਾਡਾ ਵੀ ਸਮਾਂ
नेड़े आ जी एक दिल की ख्वाहिश सी मैं अपने जीवन पूरा करन तो पहला पहला अपने माँ बाप की कर्म भूमि से जिथे कर्म किया कम किया जिथे रहे उथे उन्हों जाके सजदा जरूर करना उन्हें महाराज ने रब ने मैनू करा दिता वाकई मिल गए ये भी इतफाक ही चलो सानू जी बहुत खुशी हो रही है इस गल की मेरे को इस वक्त सरदार जी सच्ची पूछो तो मेरे अंदरों हूँ इदा बलबला फुट रहा मेरे को शब्द है नहीं गए मैं किस तरह अपना प्रगटावा करा अपने जज्बात दा बंदे लभण जे मुश्किल आउंदे किहदी बांह फड़ दे आके किहड़ा सानू दसदा वी आ इत्थे होया तुसीं जो दसदे आ उह सारी स्टोरी रलदी मिलदी आ जी उह फिर उह टीचर होण दे नाते ना जी कुछ उह खोजी तबीयत दा मालिक आ तुहाडा नॉलेज आ तुसीं रख्या जानकारी रखी होआ हां जी ਉਹਦੇ ਕਰਕੇ ਉਹ ਮੈਨੂੰ ਬਹੁਤ ਹੈਲਪ ਹੋਈ ਹੈ ਹਾਂਜੀ ਹਾਂਜੀ ਚਰਖਾ ਚੱਕੀ ਛੱਜ ਕਨਾਲੀ ਛਾਬੇ ਮੁੱਕਦੇ ਜਾਂਦੇ ਨੇ ਮੇਲੇ ਠੇਲੇ ਛਿੰਝਾਂ ਸ਼ੋਰ ਸ਼ਰਾਬੇ ਮੁੱਕਦੇ ਜਾਂਦੇ ਨੇ ਅਤੇ ਚਪੜ ਕਨਾਤੀਏ ਟੀ ਵੀ ਦੇ ਵਿੱਚ ਦਾਨੇ ਬਣ ਬਣ ਬਹਿਣ ਪਏ ਕਿੱਥੋਂ ਸੁਣੀਆਂ ਖਰੀਆਂ ਗੱਲਾਂ ਬਾਬੇ ਮੁੱਕਦੇ ਜਾਂਦੇ ਨੇ ਅੱਖੀਆਂ ਦੇਖ ਰਹਾ ਰੰਗੀਆਂ ਬਹੁਤ ਰੰਗ ਤਮਾਸ਼ੇ ਇਹ ਰੱਜ ਦੀਆਂ ਨਹੀਂ ਹੈ ਅਸੀਂ ਤੁਹਾਨੂੰ ਮਿਲ ਚੱਲੇ ਹਾਂ ਸਭ ਕੁਝ ਦੇਖ ਚੱਲੇ ਹਾਂ ਤ੍ਰਿਸ਼ਨਾ ਨਹੀਂ ਮੁੱਕਦੀ ਕ੍ਰਿਸ਼ਨਾ ਨਹੀਂ ਮੁੱਕਦੀ ਰੰਗ ਤਮਾਸ਼ੇ ਦੁਨੀਆਂ ਦੇ ਆ ਆਪਾਂ ਰੱਜਦੇ ਨਹੀਂ ਦੇਖਦੇ ਹਾਂ ਇੱਥੇ ਮੈਂ ਰੰਗ ਤਮਾਸ਼ੇ ਆ ਦੇਖਣ ਆਇਓ ਇੱਥੇ ਵੀ ਜੀ ਜੀ ਉੱਥੇ ਵੀ ਜ਼ਿੰਦਗੀ ਰੰਗ ਤਮਾਸ਼ਾ ਹੀ ਆ ਰੰਗ ਤਮਾਸ਼ਾ ਤਮਾਸ਼ਾ ਹੈ ਜਗਤ ਤਮਾਸ਼ਾ ਆ ਉਹ ਜਿਵੇਂ ਰੱਬ ਨਚਾਈ ਜਾਂਦਾ ਅਸੀਂ ਨੱਚੀ ਜਾਂਦੇ ਹਾਂ ਜੀ ਅਸੀਂ ਤਾਂ ਉਹਦੀਆਂ ਗੁੱਡੀਆਂ ਆ ਪਟੋਲੇ ਜਿੱਦਾਂ ਕਰੀ ਜਾਂਦਾ ਕਰੀ ਜਾਂਦੇ ਹਾਂ ਜੇ ਤੁਸੀਂ ਕਹੋ ਵੀ ਨਹੀਂ ਮੈਂ ਕਰਦਾ ਨੋ ਮੈਂ ਨਹੀਂ ਮੈਂ ਕੁਛ ਨਹੀਂ ਕਰਦਾ ਸਹੀ ਆਪੇ ਕਰਾਉਂਦਾ ਜਿਵੇਂ ਕਰਾਈ ਜਾਂਦਾ ਕਰੀ ਜਾਂਦੇ ਕਰੇ ਕਰਾਵੇ ਆਪੇ ਆਪ ਇਹਦੇ 'ਚ ਜੇ ਤੁਸੀਂ ਇਸ ਗੱਲ 'ਚ ਯਕੀਨ ਕਰੋਗੇ ਫੇਥ ਕਰ ਲਓਗੇ ਵੀ ਜੋ ਕਰਾਉਂਦਾ ਠੀਕ ਆ ਤੁਹਾਡੀ ਸਿਰਦਰਦੀ ਖਤਮ ਹੈਡੇ ਖਤਮ ਕੋਈ ਜ਼ਿੰਮੇਵਾਰੀ ਕੋਈ ਦਿਮਾਗ ਬੋਝ ਨਹੀਂ ਬੇਫਿਕਰੇ ਹੋ ਜਾਓ ਸੌਂ ਗਏ ਆ ਸੌਂ ਜਾਓ ਜਗਾ ਤਾ ਉਹਨੂੰ ਜਾਗ ਪਾਓ ਕੰਮ 'ਤੇ ਜਾਣਾ ਜਾਓ ਭੁੱਖ ਲੱਗ ਗਈ ਰੋਟੀ ਖਾ ਲਓ ਉਹ ਸਭ ਕਰਾਈ ਜਾਂਦਾ ਸਹੀ ਆਪਣੇ ਤੁਸੀਂ ਬੇਫਿਕਰ ਡਿਊਟੀ ਉਹਦੀ ਕਰਾਈ ਜਾਂਦਾ ਭਾਈ ਹਾਂਜੀ ਹਾਂਜੀ ਕਰਾਉਂਦਾ ਹਾਂ ਬਸ ਫਿਰ ਛੱਡ ਦਿਓ ਸਿਲੰਡਰ ਕਰ ਦਿਓ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ ਸੰਤਾਲੀ ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ ਅਸੀਂ ਪਹਿਲੇ ਵੀ ਸੁਣੇ ਹਾਂ ਸਾਡੇ ਕਿਤੇ ਪੜਦਾਦੇ ਚੜਦਾਦੇ ਹੈ ਜੀ ਅੰਮ੍ਰਿਤਸਰ ਠੀਕ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਹਿਸੀਲ ਤਰਨ ਤਾਰਨ ਪਿੰਡ ਸੀ ਬੂਵੇ ਦੀ ਲੰਗੜੀ ਵੱਡੇ ਦੱਸ ਦਿੰਦੇ ਅੰਮ੍ਰਿਤਸਰ ਇਹ ਇੱਥੇ ਜਗ੍ਹਾ ਇੱਕ ਹੈਗੀ ਆ ਬਗੀਚਾ ਨਾ ਕੁਟੀਆ ਹੁੰਦੀ ਸੀ ਕੋਈ ਉਹ ਅੱਗੇ ਜਾ ਕੁਟੀਆ ਦਾ ਹੁਣ ਬਗੀਚੀ ਆ ਉੱਥੇ ਹੈਗੀ ਹੈਗੀ ਆ ਮੇਰੀ ਮਾਂ ਨੂੰ ਜ਼ਖਮੀ ਕੀਤਾ ਸੀ ਉੱਥੋਂ ਸਾਨੂੰ ਮੇਰੀ ਮਾਂ ਜੱਕ ਮੇਰੀ ਮਾਂ ਸੀਗੀ ਮਾਂ ਮੇਰੀ ਚੱਕੇ ਕਿਸੇ ਮਿਹਰਬਾਨ ਨੇ ਹਸਪਤਾਲ ਚਾਹੇ ਕਿੱਥੇ ਅੱਠ ਆਹ ਕਿਹੜਾ ਹਸਪਤਾਲ ਆ ਮੇਰੇ ਅੱਠ ਸਾਲ ਉੱਥੇ
ਉਹ ਮਿੱਟੀ ਮੈਂ ਉੱਥੇ ਲਿਆਣੀ ਆ अपने घर परदेसियां वांगू परतण दा एहसास क्यों है मैं संताली मगरों जम्मिया मेरे पिंडे लास क्यों